ਹੁਣ ਜੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਾ ਜਿਹੜਾ ਪੈਸਾ, ਯਾਨੀ ਕਿ ਸਕੋਲਰਸ਼ਿਪ ਦਾ ਜਿਹੜਾ ਪੈਸਾ ਹੈ, ਹੁਣ ਜੇਕਰ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਆ, ਤੁਸੀਂ ਲੈਣੀ ਆ, ਤਾਂ ਉਹਦਾ ਸਟਰਕਚਰ ਕੀ ਆ ਪਹਿਲਾਂ ਤਾਂ ਉਹ ਸਮਝਾ ਦਿਓ। ਪੰਜਾਬ ਦੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਆ ਨਾ, ਉਹ ਇੱਦਾਂ ਆ ਕਿ ਜਿਹੜੀ ਬੱਚੇ ਦੀ ਐਡਮਿਸ਼ਨ ਹੋਊਗੀ ਉਹ ਸਿਕਿਉਰਿਟੀ ਫੀਸ 'ਤੇ ਹੋਊਗੀ, ਉਹ ਫੀਸ ਨਹੀਂ ਭਰੂਗਾ ਆਪਣੀ। ਜਦੋਂ ਗੌਰਮੈਂਟ ਫੀਸ ਭੇਜੂਗੀ ਉਹ ਉਦੋਂ ਯੂਨੀਵਰਸਿਟੀ ਨੂੰ ਦਊਗਾ। ਜਿੱਦਾਂ ਮੈਂ ਲਾਸਟ ਈਅਰ ਦੀ ਮੇਰੀ ਐਡਮਿਸ਼ਨ ਹੋਈ ਆ ਅਤੇ ਪਿਛਲੇ ਸਾਲ ਦੇ ਪੈਸੇ ਹਾਲੇ ਤੱਕ ਨਹੀਂ ਆਏ। ਪਹਿਲਾਂ ਤਾਂ ਸਰਕਾਰਾਂ ਬਹੁਤ ਡਿਲੇਅ ਕਰਦੀਆਂ ਆ ਅਤੇ ਸਰਕਾਰਾਂ ਇੰਨਾ ਪੈਸਾ, ਹੁਣ ਜਿੱਦਾਂ ਮੈਨੂੰ ਮੇਰਾ ਦੂਜਾ ਸਾਲ ਹੋ ਗਿਆ, ਮੈਨੂੰ ਪਹਿਲੇ ਸਾਲ ਦੇ ਪੈਸੇ ਨਹੀਂ ਆਏ ਸਕੋਲਰਸ਼ਿਪ, ਉਹ ਮੇਰੀ ਫੀਸ ਖੜੀ ਹੋਈ ਆ। ਪਰ ਅਥੋਰਿਟੀ ਦਾ ਇਹ ਕਹਿਣਾ ਸੀਗਾ ਜਦੋਂ ਤੱਕ ਯੂਨੀਵਰਸਿਟੀ ਨੂੰ ਪੈਸੇ ਆਉਂਦੇ ਸੀਗੇ ਗੌਰਮੈਂਟ ਤੋਂ ਸਿੱਧੇ, ਸਾਡੀ ਲੜਾਈ ਸੀਗੀ, ਹੁਣ ਇਹ ਸਟੂਡੈਂਟ ਅਤੇ ਗੌਰਮੈਂਟ ਦੀ ਲੜਾਈ ਆ। ਅਸੀਂ ਇੱਥੇ ਪੜ੍ਹਦੇ ਪਏ ਹਾਂ, ਸਾਡੀ ਯੂਨੀਵਰਸਿਟੀ ਨਹੀਂ ਇੱਥੇ ਸਾਡੀ ਸੁਣਦੀ ਪਈ, ਤੁਹਾਨੂੰ ਲੱਗਦਾ ਕਿ ਸਾਡੀ ਸਰਕਾਰ ਸੁਣੂਗੀ? ਇਹ ਆ ਵੀ ਜੇ ਹੁਣ ਜਿਹੜੇ ਭਰ ਨਹੀਂ ਉੱਧਰੋਂ ਪੈਸਾ ਆ ਨਹੀਂ ਰਿਹਾ, ਤੁਹਾਡੇ ਕੋਲ ਪੈਸਾ ਹੈ ਨਹੀਂ, ਫਿਰ ਹੀਲਾ ਕੀ ਰਹਿ ਜਾਂਦਾ ਵਿੱਚ? ਇਹ ਧਾਰ ਸਧਾਰ ਤਾਂ ਹੁਣ ਯੂਨੀਵਰਸਿਟੀ ਅਤੇ ਪ੍ਰਸ਼ਾਸਨ, ਯੂਨੀਵਰਸਿਟੀ ਦਾ ਪ੍ਰਸ਼ਾਸਨ ਆ ਜਾਂ ਕਾਲਜਾਂ ਵਾਲਾ, ਉਹਦੇ ਸਰਕਾਰ ਅਤੇ ਯੂਨੀਵਰਸਿਟੀ ਦਾ ਮਸਲਾ ਆ। ਪਰ ਹੁਣ ਸਟੂਡੈਂਟ ਨੂੰ ਤਾਂ ਹਰਾਸ ਕਰ ਰਹੇ ਨਾ ਪੰਜਾਬ ਗੌਰ, ਕਦੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਰਿਕਾਰਡ ਘਟਾ ਕੇ ਦੇਖੋ, ਸਰਕਾਰ ਨੇ ਇਹਨਾਂ ਦਾ ਵੀ ਕਿੰਨਾ ਪੈਸਾ ਦੇਣਾ ਆ ਯੂਨੀਵਰਸਿਟੀਆਂ ਦਾ, ਇਹ ਉਹਨਾਂ ਵੇਲੇ ਵੀ ਇਹੀ ਰੌਲਾ ਪੈਂਦਾ ਨਜ਼ਰ ਆਉਂਦਾ। ਬਿਲਕੁਲ ਹਟਿਆ ਸੀਗਾ ਤੀਜੇ ਸਾਲ ਵਿੱਚ, ਜਿਹਨੂੰ ਕਹਿ ਰਹੇ 70,000 ਰੁਪਈਆ ਸਮੈਸਟਰ ਦੀ ਫੀਸ ਭਰੋ, 1.25 ਲੱਖ ਜਿਹੜਾ ਬੱਚਾ, ਹੁਣ ਜਿਹਨੀ ਇਨਕਮ ਹੀ 2.5 ਲੱਖ ਆ, ਉਹ ਆਪਣੀ ਇਨਕਮ ਤੋਂ ਵੀ ਵੱਧ ਸਾਲ ਦੇ, ਹੁਣ 1.25 ਲੱਖ ਰੁਪਈਆ ਕਿੱਥੋਂ ਯੂਨੀਵਰਸਿਟੀ ਨੂੰ ਦਊਗਾ? ਉਹਦੇ ਕੋਲ ਕੀ ਸਾਲ ਦਾ 1 ਲੱਖ ਨਾਲ ਘਰ ਚੱਲ ਜਾਂਦੇ ਆ? ਜਿਹਦੇ ਜੋ ਜਵਾਕ ਨੇ ਉਹਨੇ ਕਿੱਦਾਂ ਪੜ੍ਹਾਊਗਾ ਬੰਦਾ? ਸਤਿ ਸ਼੍ਰੀ ਅਕਾਲ। ਪੰਜਾਬ 'ਚ ਵੱਡੇ ਤੌਰ 'ਤੇ ਸਿਆਸਤ ਦੇਖੀ ਅਸੀਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੀ, ਹੁਣ ਵੀ ਵਿਰੋਧੀ ਧਿਰਾਂ ਸਵਾਲ ਚੱਕਦੀਆਂ ਰਹਿੰਦੀਆਂ ਨੇ, ਸੱਤਾ ਧਿਰ ਕਹਿੰਦੀ ਹੈ ਹਾਲਾਂਕਿ ਅਸੀਂ ਇਸ ਮਸਲੇ ਨੂੰ ਨਿਬੇੜਤਾ ਹੈ, ਕੇਂਦਰ ਕਹਿੰਦਾ ਅਸੀਂ ਪੈਸੇ ਦੇ ਰਹੇ ਹਾਂ, ਉਹਦਾ ਜਿਉਂਦਾ ਜਾਗਦਾ ਇੰਪੈਕਟ ਕੀ ਹੈ ਅੱਜ ਦੀ ਘੜੀ ਦੇ ਦੌਰਾਨ ਅਤੇ ਸਮੱਸਿਆਵਾਂ ਕੀ ਨੇ? ਇੱਥੋਂ ਤੱਕ ਕਿ ਗਰੀਬ ਪਰਿਵਾਰਾਂ ਦੇ ਬੱਚੇ ਜੇਕਰ ਉਹਨਾਂ ਦੇ ਮਾਪੇ ਕਿਤੋਂ ਕਰਜ਼ਾ ਚੱਕ ਕੇ ਵੀ ਉਹ ਫੀਸਾਂ ਭਰ ਦੇਣ, ਪੂਰਾ ਸਟਰਕਚਰ ਸਮਝਾਊਂਗਾ। ਪਹਿਲਾਂ ਇਹ ਸ਼ੁਰੂਆਤੀ ਗੱਲ ਹੈ ਕਿ ਪੂਰੇ ਪੈਸੇ ਚੱਕ ਕੇ ਵੀ ਜੇਕਰ ਕਿਤੋਂ ਉਧਾਰ ਸੁਧਾਰ ਚੱਕ ਕੇ ਫੀਸਾਂ ਭਰਦਾ ਤਾਂ ਜੇਕਰ ਕੱਲ੍ਹ ਨੂੰ ਇਮਾਨਦਾਰੀ ਦੇ ਨਾਲ ਸਰਕਾਰ ਵੀ ਚਲੋ ਪੈਸਾ ਭੇਜ ਦਿੰਦੀ ਆ, ਪਰ ਜਿਹੜਾ ਪੈਸਾ ਵਿਆਜਾਂ 'ਤੇ ਚੱਕਿਆ ਉਹ ਪੈਸੇ ਦੀ ਭਰਪਾਈ ਹੋਊਗੀ ਕਿਵੇਂ? ਅਤੇ ਜਿਹੜਾ ਪਰਿਵਾਰ ਪਹਿਲਾਂ ਹੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਲਈ ਆਖਰ ਜੇ ਕਿਹਾ ਜਾਵੇ ਕਿਤੇ ਨਾ ਕਿਤੇ ਉਮੀਦ ਜਗਾਈ ਬੈਠਾ, ਤਾਂ ਕੱਲ੍ਹ ਉਹ ਵਿਆਜ ਦੀ ਪੈਸਾ ਜਾਂ ਵਿਆਜ ਦੀ ਰਕਮ ਮੋੜੂਗਾ ਕਿਵੇਂ? ਇਹ ਇਸ ਲਈ ਕਹਾਣੀ ਮੈਂ ਤੁਹਾਨੂੰ ਦੱਸੀ ਹੈ ਇੰਨੀ ਕੁ ਕਿ ਪੈਸੇ ਵਿਆਜ 'ਤੇ ਚੱਕ ਕੇ ਕਿਉਂ ਦੇਣਗੇ ਜੀ, ਉਹ ਤੁਹਾਨੂੰ ਹੁਣ ਦੱਸਾਂਗੇ। ਇਹਦੇ 'ਚ ਹੁਣ ਜੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਾ ਜਿਹੜਾ ਪੈਸਾ, ਯਾਨੀ ਕਿ ਸਕੋਲਰਸ਼ਿਪ ਦਾ ਜਿਹੜਾ ਪੈਸਾ, ਹੁਣ ਜੇਕਰ ਕਿਸੇ ਬੱਚੇ ਨੇ ਐਡਮਿਸ਼ਨ ਲੈਣੀ ਆ, ਤੁਸੀਂ ਲੈਣੀ ਆ, ਤਾਂ ਉਹਦਾ ਸਟਰਕਚਰ ਕੀ ਆ ਪਹਿਲਾਂ ਤਾਂ ਉਹ ਸਮਝਾ ਦਿਓ। ਇਹ ਜਿਹੜੀ ਪੰਜਾਬ ਦੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਆ ਨਾ, ਉਹ ਇੱਦਾਂ ਆ ਕਿ ਜਿਹੜੀ ਬੱਚੇ ਦੀ ਐਡਮਿਸ਼ਨ ਹੋਊਗੀ ਉਹ ਸਿਕਿਉਰਿਟੀ ਫੀਸ 'ਤੇ ਹੋਊਗੀ, ਉਹ ਫੀਸ ਨਹੀਂ ਭਰੂਗਾ ਆਪਣੀ। ਜਦੋਂ ਗੌਰਮੈਂਟ ਫੀਸ ਭੇਜੂਗੀ ਉਹ ਉਦੋਂ ਯੂਨੀਵਰਸਿਟੀ ਨੂੰ ਦਊਗਾ। ਮੇਰੀ ਆਪਣੀ PMS 'ਚ ਐਡਮਿਸ਼ਨ ਚੱਲਦੀ ਪਈ ਆ, ਅਤੇ ਜਦੋਂ ਮੇਰੀ ਐਡਮਿਸ਼ਨ ਹੋਈ ਸੀਗੀ ਮੈਂ ਆਪਣੀ ਸਿਕਿਉਰਿਟੀ ਫੀਸ ਭਰੀ ਸੀਗੀ, ਉਹ ਤੋਂ ਬਾਅਦ ਜਿਹੜੀ ਮੇਰੀ ਟਿਊਸ਼ਨ ਫੀਸ ਆ ਜਾਂ ਐਗਜ਼ਾਮੀਨੇਸ਼ਨ ਫੀਸ ਆ ਉਹ ਮੈਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਜਦੋਂ ਪੋਰਟਲ ਓਪਨ ਹੁੰਦਾ ਉਹਦੇ ਮੈਂ ਫਾਰਮ ਭਰ ਦਿੰਦਾ, ਉਹ ਯੂਨੀਵਰਸਿਟੀ ਨੂੰ ਆਪਾਂ ਭਰ ਕੇ ਦੇ ਦਈਦਾ ਆ। ਉਸ ਤੋਂ ਬਾਅਦ ਯੂਨੀਵਰਸਿਟੀ ਸਾਨੂੰ ਉਹ ਗਾਹਾਂ ਪ੍ਰੋਪਰ ਅੱਗੇ ਸਰਕਾਰ ਨੂੰ ਭੇਜ ਦਿੰਦੀ ਆ। ਅਤੇ ਇਹਦੇ ਤਹਿਤ ਕੀ ਆ, ਉਹਨੂੰ ਹੁਣ ਜਿੱਦਾਂ ਮੈਂ ਲਾਸਟ ਈਅਰ ਦੀ ਮੇਰੀ ਐਡਮਿਸ਼ਨ ਹੋਈ ਆ ਅਤੇ ਪਿਛਲੇ ਸਾਲ ਦੇ ਪੈਸੇ ਹਾਲੇ ਤੱਕ ਨਹੀਂ ਆਏ, ਪਹਿਲਾਂ ਤਾਂ ਸਰਕਾਰਾਂ ਬਹੁਤ ਡਿਲੇਅ ਕਰਦੀਆਂ ਆ, ਅਤੇ ਸਰਕਾਰਾਂ ਇੰਨਾ ਪੈਸਾ, ਹੁਣ ਜਿੱਦਾਂ ਮੈਨੂੰ ਮੇਰਾ ਦੂਜਾ ਸਾਲ ਹੋ ਗਿਆ, ਮੈਨੂੰ ਪਹਿਲੇ ਸਾਲ ਦੇ ਪੈਸੇ ਨਹੀਂ ਆਏ ਸਕੋਲਰਸ਼ਿਪ, ਉਹ ਮੇਰੀ ਫੀਸ ਖੜੀ ਹੋਈ ਆ। ਅਤੇ ਉਸ ਤੋਂ ਬਾਅਦ ਜੇ ਮੇਰੀ ਮੰਨ ਲਓ ਡਿਗਰੀ ਕੰਪਲੀਟ ਹੁੰਦੇ ਸਾਰ ਵੀ ਪੈਸੇ ਨਹੀਂ ਆਉਂਦੇ ਪਿੱਛੋਂ, ਤਾਂ ਯੂਨੀਵਰਸਿਟੀ ਮੈਨੂੰ DMC ਤਾਂ ਦਊਗੀ ਪਰ ਮੇਰੀ ਡਿਗਰੀ ਰੋਕ ਲਊਗੀ। ਉਹ ਫਿਰ ਜੇ 2 ਸਾਲ ਦੀ ਪੜ੍ਹਾਈ ਕਹਿ ਲਓ ਕੀਤੀ ਨਾ ਕੀਤੀ, 1 ਬਰਾਬਰ ਆ ਜਦ ਤੱਕ ਮੈਂ ਫੀਸ ਨਹੀਂ ਭਰਦਾ। ਯੂਨੀਵਰਸਿਟੀ ਵੀ ਆਪਦੇ ਥਾਂ 'ਤੇ ਕਿਤੇ ਨਾ ਕਿਤੇ ਸਹੀ ਹੈ ਵੀ ਜੇ ਪੈਸਾ ਨਹੀਂ ਆ ਰਿਹਾ ਭਾਈ ਤਾਂ ਅਸੀਂ ਵੀ ਕੀ ਕਰੀਏ, ਜੇਕਰ ਡਿਗਰੀਆਂ ਦੇ ਵੀ ਦੇਣ ਤਾਂ ਆਖਿਰਕਾਰ ਕਿਉਂਕਿ ਪੈਸਾ ਜਿਹੜਾ ਕਿ ਉਹ ਸਿੱਧਾ ਯੂਨੀਵਰਸਿਟੀ ਨੂੰ ਆ ਨਹੀਂ ਰਿਹਾ, ਤਾਂ ਬੱਚੇ ਕੱਲ੍ਹ ਨੂੰ ਜੇਕਰ ਉਹ ਨਹੀਂ ਭਰਦੇ ਤਾਂ ਯੂਨੀਵਰਸਿਟੀ ਦੇ ਕੋਲ ਤਾਂ ਹੋਰ ਕੋਈ ਚਾਰਾ ਸ਼ਾਇਦ ਰਹਿੰਦਾ ਨਹੀਂਗਾ।
ਨਹੀਂ ਅਸੀਂ ਦੇਖੋ ਅਸੀਂ ਇਸ ਚੀਜ਼ ਨਾਲ ਸਹਿਮਤ ਹਾਂ ਬਾਈ, ਜਦੋਂ ਗੌਰਮੈਂਟ ਪੈਸੇ ਦਿੰਦੀ ਆ, ਅਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇਹਦੀ, ਅਸੀਂ ਆਪਣੇ ਇਹਨਾਂ ਦਾ ਅਥੋਰਿਟੀ ਨਾਲ ਗੱਲ ਕੀਤੀ ਕਿ ਅਸੀਂ ਜਿਹੜੀ ਸਕੋਲਰਸ਼ਿਪ ਦੇ ਪੈਸੇ ਜਦੋਂ ਆਊਗੇ ਅਸੀਂ ਤੁਹਾਨੂੰ ਦੇਵਾਂਗੇ। ਪਰ ਅਥੋਰਿਟੀ ਦਾ ਇਹ ਕਹਿਣਾ ਸੀਗਾ ਜਦੋਂ ਤੱਕ ਯੂਨੀਵਰਸਿਟੀ ਨੂੰ ਪੈਸੇ ਆਉਂਦੇ ਸੀਗੇ ਗੌਰਮੈਂਟ ਤੋਂ ਸਿੱਧੇ, ਸਾਡੀ ਲੜਾਈ ਸੀਗੀ, ਹੁਣ ਇਹ ਸਟੂਡੈਂਟ ਅਤੇ ਗੌਰਮੈਂਟ ਦੀ ਲੜਾਈ ਹੈ। ਅਸੀਂ ਇੱਥੇ ਪੜ੍ਹਦੇ ਪਏ ਹਾਂ, ਸਾਡੀ ਯੂਨੀਵਰਸਿਟੀ ਨਹੀਂ ਇੱਥੇ ਸਾਡੀ ਸੁਣਦੀ ਪਈ, ਤੁਹਾਨੂੰ ਲੱਗਦਾ ਕਿ ਸਾਡੀ ਸਰਕਾਰ ਸੁਣੂਗੀ? ਅਸੀਂ ਇੱਥੋਂ ਬਹਿ ਕੇ ਗਰੀਬ ਪਰਿਵਾਰਾਂ ਨੇ ਜੇ ਪੈਸੇ ਭਰਨੇ ਨੇ, ਫਿਰ ਉਹ ਹੀਲੇ ਵਸੀਲੇ ਕੀ ਨੇ ਉਹਨਾਂ ਕੋਲੇ? ਕਿਉਂਕਿ ਬੱਚਾ ਤਾਂ ਉਹੀ ਸਕੋਲਰਸ਼ਿਪ 'ਤੇ ਜਾ ਰਿਹਾ ਜਿਹਦੇ ਕੋਲ ਪੈਸਾ ਪਹਿਲਾਂ ਹੈ ਨਹੀਂ ਗਾ, ਘਰੇ ਹੈ ਨਹੀਂ ਗਾ, ਗਰੀਬ ਹੈ। ਬਿਲਕੁਲ ਉਹੀ ਗੱਲ ਆ, ਹੀਲਾ ਉਹਦੇ ਕੋਲ ਹੈ ਨਹੀਂ। ਹੁਣ ਜਿਹੜੇ ਸਾਡਾ ਜਿਹੜਾ ਮੁੱਦਾ ਅਸੀਂ ਧਰਨਾ ਲਾ ਕੇ ਬੈਠੇ ਹਾਂ, ਉਹਦਾ ਰੀਜ਼ਨ ਇਹ ਆ ਕਿ PMS ਦੇ ਵਿੱਚ ਐਡਮਿਸ਼ਨ ਹੋ ਗਈ, ਹੁਣ ਡਿਪਾਰਟਮੈਂਟਾਂ ਦੇ ਜਿਹੜੇ ਸੈਲਫ ਫਾਈਨਾਂਸ ਕੋਰਸ ਆ ਨਾ, ਸੋ ਕੋਲ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕੀਤੀ ਹੋਈ ਆ, ਉਹਦੀ 70,000, 75,000, 1,00,000, 1,25,000 ਤੱਕ ਫੀਸ ਜਾਂਦੀ ਆ। ਹੁਣ ਜਿਹੜਾ ਬੱਚੇ ਦੀ ਐਡਮਿਸ਼ਨ ਹੋਈ ਸੀਗੀ ਪੋਸਟ ਮੈਟ੍ਰਿਕ ਸਕੋਲਰਸ਼ਿਪ ਦੇ ਥਰੂ, ਉਹਨੂੰ ਤੀਜੇ ਸਾਲ ਵਿੱਚ ਆ ਕੇ ਕਹਿ ਰਹੇ ਆ ਤੁਸੀਂ ਪੂਰੀ ਫੀਸ ਭਰੋ। ਹੁਣ ਉਹ ਬੱਚਾ 2 ਸਾਲ ਤਾਂ ਸਕੋਲਰਸ਼ਿਪ 'ਤੇ ਪੜ੍ਹ ਗਿਆ, ਹੁਣ ਤੀਜੇ ਤੁਸੀਂ ਉਹਨੂੰ ਕਹੋਗੇ ਪੂਰੀ ਫੀਸ ਭਰੋ? ਫਸ ਗਿਆ, ਅੱਜ ਤਾਂ ਫਸ ਗਿਆ। ਉਹ ਤਾਂ ਕਹਿੰਦਾ ਮੇਰੀ ਡਿਗਰੀ ਛੱਡਣ ਦੀ ਨੌਬਤ ਆ ਗਈ ਆ, ਨਾ ਮੈਂ ਕਿਹਨੂੰ ਕਹਿੰਦੇ ਹੁਣ ਡਿਗਰੀ ਕੰਪਲੀਟ ਕਰਨ ਜੋਗਾ, ਕਿਉਂਕਿ ਪੈਸੇ ਹੀ ਹੈ ਨਹੀਂ। ਤੁਸੀਂ ਆਪ ਸੋਚ ਲਓ ਜਿਹਦੀ ਫੈਮਿਲੀ ਇਨਕਮ ਮਦਰ ਫਾਦਰ ਦੀ ਮਿਲਾ ਕੇ 2.5 ਲੱਖ ਰੁਪਈਆ, ਕੀ ਉਹ ਬੱਚਾ 70,000 ਰੁਪਈਆ ਇੱਕ ਸਮੈਸਟਰ ਦਾ ਭਰ ਸਕਦਾ? 70-70, 1,40,000 ਹੋ ਗਿਆ, ਕੀ ਉਹ ਭਰ ਸਕਦੇ 1,40,000 ਫੀਸ? ਪਰ ਜਿਹੜੇ ਹੁਣ ਚਲੋ ਕੁਛ ਤਾਂ ਭਰ ਵੀ ਰਹੇ ਹੋਣੇ ਆ, ਉਹ ਫਿਰ ਪੈਸਾ ਕਿੱਥੋਂ ਆਉਂਦਾ, ਕਿੱਥੋਂ ਲਿਆਉਂਦੇ ਨੇ? ਜਿਹੜੀ ਉਹ PMS ਸਿਰਫ ਇਹ ਉਹਨਾਂ ਨੂੰ ਹੀ ਹੈਗੀ ਆ PMS ਜਿਨ੍ਹਾਂ ਦੇ 2.5 ਲੱਖ ਤੋਂ ਇਨਕਮ ਘੱਟ ਆ। ਓਬਵੀਅਸਲੀ ਜਿਹੜੇ ਕਿਹਨੂੰ ਕਹਿੰਦੇ ਜ਼ਿਆਦਾ ਭਰ ਰਹੇ ਆ, ਅਫੋਰਡੇਬਲ ਹੈ ਉਹਨਾਂ ਦੇ ਲਈ, ਇਹ ਤਾਂ ਮੇਨ ਮੁੱਦਾ, ਸਕੀਮ ਤਾਂ ਉਹਨਾਂ ਲਈ ਹੈ ਨਾ ਜਿਹੜੇ ਭਰ ਹੀ ਨਹੀਂ ਸਕਦੇ ਬਿਲਕੁਲ ਹੀ। ਪਰ ਗੱਲ ਇਹ ਹੈ ਵੀ ਜੇ ਹੁਣ ਜਿਹੜੇ ਭਰ ਨਹੀਂ, ਉਧਰੋਂ ਪੈਸਾ ਆ ਨਹੀਂ ਰਿਹਾ, ਤੁਹਾਡੇ ਕੋਲ ਪੈਸਾ ਹੈ ਨਹੀਂ, ਫਿਰ ਹੀਲਾ ਕੀ ਰਹਿ ਜਾਂਦਾ ਵਿੱਚ? ਇਹ ਧਾਰ ਸਧਾਰ ਤਾਂ ਹੁਣ ਯੂਨੀਵਰਸਿਟੀ ਅਤੇ ਪ੍ਰਸ਼ਾਸਨ, ਯੂਨੀਵਰਸਿਟੀ ਦਾ ਪ੍ਰਸ਼ਾਸਨ ਆ ਜਾਂ ਕਾਲਜਾਂ ਵਾਲਾ, ਉਹਦੇ ਸਰਕਾਰ ਅਤੇ ਯੂਨੀਵਰਸਿਟੀ ਦਾ ਮਸਲਾ ਆ। ਪਰ ਹੁਣ ਸਟੂਡੈਂਟ ਨੂੰ ਤਾਂ ਹਰਾਸ ਕਰ ਰਹੇ ਨਾ, ਉਹ ਤਾਂ ਪਹਿਲੇ ਨਾ ਸਰਕਾਰਾਂ ਚਾਹੁੰਦੀਆਂ ਨਾ ਯੂਨੀਵਰਸਿਟੀਆਂ ਚਾਹੁੰਦੀਆਂ, ਜਦੋਂ ਬੱਚੇ ਜ਼ਿਆਦਾ ਪੜ੍ਹਨਗੇ ਉਹ ਨੌਕਰੀਆਂ ਮੰਗਣਗੇ, ਸਵਾਲ ਕਰਨਗੇ। ਸਰਕਾਰਾਂ ਤਾਂ ਪਹਿਲਾਂ ਨੌਕਰੀਆਂ ਨਹੀਂ ਦੇ ਰਹੀਆਂ, ਪ੍ਰਾਈਵੇਟਾਈਜੇਸ਼ਨ 'ਤੇ ਜ਼ੋਰ ਦਿੱਤਾ ਹੋਇਆ ਇਹਨਾਂ ਨੇ, ਇਹ ਤਾਂ ਚਾਹੁੰਦੇ ਨਹੀਂ ਇੱਥੇ ਬੱਚਾ, ਇਹ ਚਾਹੇ ਕਹਿ ਲਓ ਰਲੀ ਮਿਲ ਕੇ ਇਹ ਪੋਸਟ ਮੈਟ੍ਰਿਕ ਸਕੋਲਰਸ਼ਿਪ ਬੰਦ ਕਰਨਾ ਚਾਹੁੰਦੇ ਆ। ਬਟ ਸਾਡਾ ਮੁੱਦਾ ਇਹ ਅਸੀਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਬੰਦ ਨਹੀਂ ਹੋਣ ਦੇਣੀ। ਜੇ ਕੋਈ ਕਿੱਥੇ ਗਲਤੀ ਕੋਈ ਸਟੂਡੈਂਟ ਦੀ ਵੀ ਹੈਗੀ, ਤੁਸੀਂ ਉਹ 'ਤੇ ਲੀਗਲ ਕਾਰਵਾਈ ਕਰੋ, ਸਾਨੂੰ ਉਹ ਤੋਂ ਕੋਈ ਓਬਜੈਕਸ਼ਨ ਨਹੀਂ। ਬਟ ਥੋੜ੍ਹੇ ਬੱਚਿਆਂ ਕਰਕੇ ਸਾਰੇ ਕਦੇ ਸਫ਼ਰ ਕਰਨ, ਗੱਲ ਸਮਝ ਨਹੀਂ ਲੱਗਦੀ। ਸਭ ਤੋਂ ਵੱਡਾ ਵੋਟ ਬੈਂਕ ਦਲਿਤਾਂ ਦੇ ਕੋਲ, ਲੀਡਰਾਂ ਦਾ ਅਸੀਂ ਦੇਖਦੇ ਹਾਂ। ਫਿਰ ਜੇ ਕੋਈ ਸਕੀਮਾਂ ਅਲਾਊਂਸ ਹੁੰਦੀਆਂ ਨੇ ਉਹ ਵੀ ਦਲਿਤਾਂ ਲਈ। ਪਰ ਗੱਲ ਇਹ ਹੈ ਵੀ ਅੱਜ ਜਦੋਂ ਹੁਣ ਜੇ ਜਿਹੜੇ ਹਿਸਾਬ ਨਾਲ ਹਾਲਾਤ ਦੇਖਦੇ ਹਾਂ, ਧਰਨੇ ਲਾਉਣ ਵਾਲੇ ਵੀ ਦਲਿਤਾਂ ਦੇ ਜਵਾਕ ਜਾਂ ਦਲਿਤ ਫੈਮਿਲੀਆਂ ਨੇ, ਇਹ ਫਿਰ ਆਖਿਰਕਾਰ ਬਾਅਦ 'ਚ ਜਾਂਦਾ ਕਿੱਥੇ ਹੈਗਾ? ਕਿਉਂ ਆਖਿਰ ਚੋਣਾਂ ਤੋਂ ਬਾਅਦ ਫੋਕਸ ਕਿਉਂ ਹਟ ਜਾਂਦਾ? ਸਿਰਫ ਜੀ ਚਾਹੇ ਅੱਜ ਆਮ ਆਦਮੀ ਪਰ ਸਰਕਾਰ ਵੀ ਹੈ ਪੰਜਾਬ ਵਿੱਚ, ਉਹਨਾਂ ਨੇ ਸਿਰਫ ਆਪਣੀ ਵੋਟ ਬੈਂਕ ਲਈ ਲੋਕਾਂ ਨੂੰ ਗੁੰਮਰਾਹ ਕੀਤਾ। ਉਹਨਾਂ ਨੇ ਕਿਹਾ ਹਾਂ ਜੀ ਅਸੀਂ ਸਰਕਾਰੀ ਨੌਕਰੀਆਂ ਲੈ ਕੇ ਆਵਾਂਗੇ, ਐਜੂਕੇਸ਼ਨ ਦਾ ਸਕੇਲ ਵੱਡਾ ਕਰਾਂਗੇ। ਪੰਜਾਬ ਗੌਰ ਕਦੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਤੋਂ ਰਿਕਾਰਡ ਘਟਾ ਕੇ ਦੇਖੋ, ਸਰਕਾਰ ਨੇ ਇਹਨਾਂ ਦਾ ਵੀ ਕਿੰਨਾ ਪੈਸਾ ਦੇਣਾ ਆ ਯੂਨੀਵਰਸਿਟੀਆਂ ਦਾ। ਇਹ ਉਹਨਾਂ ਵੇਲੇ ਵੀ ਇਹੀ ਰੌਲਾ ਪੈਂਦਾ ਨਜ਼ਰ ਆਉਂਦਾ? ਬਿਲਕੁਲ, ਇਹਨਾਂ ਨੇ ਕਿਹਨੂੰ ਕਹਿੰਦੇ ਉਸ ਟਾਈਮ ਸਾਧੂ ਸਿੰਘ ਧਰਮਸੋਤ ਸੀਗੇ ਜਿਹੜੇ, ਉਹਨਾਂ 'ਤੇ ਬਹੁਤ ਵੱਡਾ ਕਰਪਸ਼ਨ ਦਾ ਐਲੀਗੇਸ਼ਨ ਲੱਗਾ ਸੀਗਾ ਸਕੋਲਰਸ਼ਿਪ ਨੂੰ ਲੈ ਕੇ। ਬਟ ਉਹੀ ਮਸਲਾ ਤਾਂ ਸਾਡਾ ਇਹੀ ਹੈ ਨਾ ਕਿ ਸਰਕਾਰਾਂ ਜਿਹੜੀਆਂ ਸਕੋਲਰਸ਼ਿਪਾਂ ਚਲਾ ਰਹੀਆਂ ਉਹਨੂੰ ਸਹੀ ਢੰਗ ਨਾਲ ਪਤਾ ਨਹੀਂ ਕੇਸ ਦਾ ਕਰਦੇ ਆ, ਪਰ ਹਰਾਸ ਬੱਚੇ ਹੋ ਰਹੇ ਆ। ਇਹ ਤਾਂ ਚਾਹੁੰਦੇ ਆ ਕਿ ਬੱਚਿਆਂ ਨੂੰ ਅਸੀਂ ਪਿੱਛੇ ਰੱਖੀਏ। ਹੁਣ ਇਹ ਕਿਤੇ ਨਾ ਕਿਤੇ ਤਾਂ ਲੀਗਲ ਕਾਰਵਾਈ ਹੋ ਕੇ ਇਹਨਾਂ ਨੂੰ ਆਪਸ ਵਿੱਚ ਬੈਠ ਕੇ ਸੋਰਟ ਕਰਨਾ ਚਾਹੀਦਾ ਨਾ, ਕਿ ਨਾ ਕਿ ਸਾਨੂੰ ਕਹੋ ਜਾ ਕੇ ਸਰਕਾਰ ਨਾਲ ਲੜੋ ਜਾਂ ਯੂਨੀਵਰਸਿਟੀ ਨਾਲ ਲੜੋ, ਅਸੀਂ ਪੜ੍ਹਨ ਆਈਏ। ਪਹਿਲਾਂ ਤਾਂ ਇੱਥੇ ਬੜੀ ਮੁਸ਼ਕਲ ਨਾਲ ਉੱਠ ਕੇ ਤੱਕ ਪੜ੍ਹਨ ਆਉਂਦੇ ਹਾਂ, ਠੀਕ ਹੈ, ਕਿਤੋਂ ਜੋੜ ਤੋੜ ਕੇ ਕਰ ਫੀਸਾਂ ਜਿਹੜੀਆਂ ਕਰਦੇ ਹਾਂ ਅਤੇ ਉੱਥੇ ਤੱਕ ਆਉਂਦੇ ਹਾਂ। ਜੇ ਉਸ ਤੋਂ ਬਾਅਦ ਸਾਨੂੰ ਧਰਨੇ ਹੀ ਲਾਉਣੇ ਪੈਣ, ਹੁਣ ਅੱਜ ਸਾਡਾ 4th ਦਿਨ ਆ, 3 ਦਿਨ 3 ਰਾਤਾਂ ਅਸੀਂ ਇੱਥੇ ਸੁੱਤੇ ਹਾਂ, ਅੱਜ 4th ਦਿਨ ਚੱਲਦਾ ਪਿਆ ਹੈ। ਪਰ ਇਹ ਕਿਹਨੂੰ ਕਹਿੰਦੇ ਪ੍ਰਸ਼ਾਸਨ ਸੁਣਦੇ ਨਹੀਂ ਰਿਹਾ। ਜਦੋਂ ਮੀਟਿੰਗ ਕਰ ਲਓ,
ਕੋਈ ਨਹੀਂ ਜੀ ਮਸਲਾ ਹੱਲ ਕਰਾਂਗੇ, ਉਹ ਕਹਿੰਦੇ ਅਸੀਂ ਵੀ ਕਿੱਥੋਂ ਫੀਸ ਦੇਵਾਂਗੇ। ਗੌਰਮੈਂਟ ਨਾਲ ਗੱਲ ਤਾਂ ਕਰੋ ਨਾ ਤੁਸੀਂ, ਗੌਰਮੈਂਟ ਸਾਡੇ ਕੋਲ ਤਾਂ ਅਦਾਰੇ ਆ, ਗੌਰਮੈਂਟ ਜਦ ਫੰਡ ਕਰ ਰਹੀ ਆ ਤੁਸੀਂ ਤਾਂ ਉਹਨਾਂ ਨਾਲ ਬਹਿ ਕੇ ਗੱਲ ਕਰ ਸਕਦੇ। ਬਟ ਵੈਸੇ ਇਹਦੇ 'ਤੇ ਫਿਰ ਜਿਹੜੇ ਜਵਾਕ ਤੁਹਾਡੇ ਵਰਗੇ ਹੋਰ ਨੇਗੇ, ਪਰਿਵਾਰਾਂ 'ਤੇ ਕੀ, ਫੈਮਿਲੀਜ਼ 'ਤੇ ਕੀ ਇੰਪੈਕਟ ਹੈ ਇਸ ਚੀਜ਼ ਦਾ? ਸਰ ਫੈਮਿਲੀ ਹੁਣ ਮੈਂ ਤੁਹਾਨੂੰ ਉਹੀ ਇਗਜ਼ਾਮਪਲ ਦੇ ਕੇ ਹਟਿਆ ਸੀਗਾ, ਤੀਜੇ ਸਾਲ ਵਿੱਚ ਜਿਹਨੂੰ ਕਹਿ ਰਹੇ 70,000 ਰੁਪਈਆ ਸਮੈਸਟਰ ਦੀ ਫੀਸ ਭਰੋ, 2,25,000 ਜਿਹੜਾ ਬੱਚਾ ਹੁਣ ਜਿਹਨੀ ਇਨਕਮ ਹੀ 2,50,000 ਆ, ਉਹ ਆਪਣੀ ਇਨਕਮ ਤੋਂ ਵੀ ਵੱਧ ਸਾਲ ਦੇ ਹੁਣ 2,50,000 ਰੁਪਈਆ ਕਿੱਥੋਂ ਯੂਨੀਵਰਸਿਟੀ ਨੂੰ ਦਊਗਾ? ਉਹਦੇ ਕੋਲ ਕੀ ਸਾਲ ਦਾ 1,00,000 ਨਾਲ ਘਰ ਚੱਲ ਜਾਂਦੇ ਆ? ਜਿਹਦੇ ਦੋ ਜਵਾਕ ਨੇ ਉਹਨੇ ਕਿੱਦਾਂ ਪੜ੍ਹਾਊਗਾ ਬੰਦਾ, ਘਰ ਦੀ ਰੋਟੀ ਵੀ ਚਲਾਉਣੀ ਸਾਰਾ ਕੁਝ? 2,50,000 ਤਾਂ ਅੱਜ ਕੱਲ੍ਹ ਇਨਕਮ ਹੀ ਕੁਛ ਨਹੀਂ। ਉਹ ਤਾਂ ਅਸੀਂ ਤਾਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੀ 2,50,000 ਦੀ ਇਨਕਮ ਹੈ ਇਹ ਵੀ ਥੋੜ੍ਹੀ ਅਪ ਕਰਨੀ ਚਾਹੀਦੀ ਹੈ। ਬਟ ਫੈਮਿਲੀ ਤਾਂ ਉੱਥੇ ਮੁੜ ਕੇ ਇਹ ਕਹਿ ਲਓ ਜੇ ਇੱਥੇ 70,000 ਉਹਨਾਂ ਨੇ ਕਰਕੇ ਭੇਜ ਵੀ ਦਿੱਤੀ ਨਾ, ਉਹ ਤਾਂ ਸਾਰੀ ਉਮਰ ਵਿਆਜ ਲਾਉਂਦੇ ਮਰ ਜਾਣਗੇ, ਕਰਜ਼ਾ ਇੰਨਾ ਚੜ੍ਹ ਜੂਗਾ। ਪਰ ਇਹਦੇ 'ਚ ਹੁਣ ਤੁਸੀਂ ਕੋਈ ਦਿੱਤਾ ਇਹਨਾਂ ਨੂੰ ਫਾਰਮੂਲਾ ਵੀ ਇਸ ਤਰ੍ਹਾਂ ਨਾਲ ਭਾਈ ਕਰ ਲਓ ਸਾਡਾ ਵੀ ਚੱਲਦਾ ਰਹੇ, ਜੇ ਤੁਹਾਡੀ ਵੀ ਚਲੋ ਜਿਹੜੀ ਲੋੜ ਆ ਉਹ ਵੀ ਪੂਰੀ ਹੋ ਜਾਵੇ? ਅਸੀਂ ਤਾਂ ਇਹਨਾਂ ਨੂੰ ਇੱਕੋ ਗੱਲ ਕਹਿ ਰਹੇ ਹਾਂ, ਜੇ ਤੁਹਾਨੂੰ ਲੱਗਦਾ ਕਿਤੇ ਸਟੂਡੈਂਟ ਵੱਲੋਂ ਗਲਤੀ ਆਉਂਦੀ ਤੁਸੀਂ ਉਹਦੇ 'ਤੇ ਲੀਗਲ ਐਕਸ਼ਨ ਲਓ। ਬਟ ਸਾਨੂੰ ਕਿਹਨੂੰ ਕਹਿੰਦੇ ਆ ਇਹ ਜਿਹੜੀ PMS ਸਕੋਲਰਸ਼ਿਪ ਦੀ ਜਾਂ ਸਕੀਮ ਆ ਨਾ, ਅਸੀਂ ਇਹ ਨਹੀਂ ਬੰਦ ਹੋਣੀ, ਥੋੜ੍ਹੇ ਬੱਚਿਆਂ ਕਰਕੇ ਅਸੀਂ ਪੂਰੇ ਸਫ਼ਰ ਨਹੀਂ ਕਰਨ ਦੇਣੇ। ਇਹ ਤਾਂ ਕਿਹਨੂੰ ਕਹਿੰਦੇ, ਕਿਉਂਕਿ ਵੱਡਾ ਇਸ਼ੂ ਕਈ ਸਾਲ ਦਾ ਤੋਂ ਚੱਲਦਾ ਪਿਆ, ਇਹ ਤਾਂ ਹੁਣ ਇਹਨਾਂ ਨੂੰ ਸਪੈਸ਼ਲ ਕਮੇਟੀ ਬਿਠਾ ਕੇ ਸਰਕਾਰ ਨੂੰ, ਵੱਡੀਆਂ ਪ੍ਰਸ਼ਾਸਨ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਅਦਾਰੇ ਆ ਉਹਨਾਂ ਨੂੰ ਬਹਿ ਕੇ ਜਿਹੜੇ ਪ੍ਰੋਫੈਸਰ ਜਿਹੜੇ ਹਾਇਰ ਕੀਤੇ ਹੋਏ ਲੀਗਲ ਸਟੱਡੀਜ਼ ਚੱਲਦੀਆਂ ਉਹਨਾਂ ਨੂੰ ਹਾਇਰ ਕਰਕੇ ਕਿਉਂ ਨਹੀਂ, ਮਸਲਾ ਛੋਟਾ ਜਿਹਾ ਮਸਲਾ ਇਹ ਤਾਂ ਮਿੰਟ 'ਚ ਕਲੀਅਰ ਕਰ ਸਕਦੇ ਆ, ਬਟ ਨਹੀਂ ਇਹ ਚਾਹੁੰਦੇ ਹੀ ਨਹੀਂ ਕਿ ਬੱਚੇ ਪੜ੍ਹਨ। ਦੇਖਿਆ ਜਾਵੇ ਜਿਹੜੇ ਹਾਲਾਤ, ਗੱਲ ਉਹੀ ਆ ਗਈ ਕਿ ਜੇਕਰ ਮਾਪਿਆਂ ਨੇ ਔਖੇ ਸੌਖੇ ਪੈਸੇ ਦੇ ਵੀ ਦਿੱਤੇ ਉਹ ਤਾਂ ਸਾਰੀ ਉਮਰ ਦੀ ਕਰਜ਼ਾਈ ਹੋ ਜਾਣਗੇ, ਪਰ ਇਹਦੇ 'ਚ ਗੱਲ ਮੁੜ ਕੇ ਉਹੀ ਆਉਂਦੀ ਹੈ ਵੀ ਜਦੋਂ ਪੈਸੇ ਨੂੰ ਲੈ ਕੇ ਅੱਜ ਵੀ ਹਾਲਾਤ ਇਹ ਨੇ, ਇਹ ਤਾਂ ਬੈਠੇ ਨੇ ਕਿਉਂਕਿ ਆਪਾਂ ਸੋਚ ਆਮ ਤੌਰ 'ਤੇ ਸੁਣ ਲੈਂਦੇ ਹਾਂ ਸਰਕਾਰਾਂ ਕਹਿੰਦੀਆਂ ਅਸੀਂ ਪੈਸੇ ਦਿੱਤੇ, ਵਿਰੋਧੀ ਧਿਰ ਕਹਿੰਦੇ ਦਿੱਤੇ ਨਹੀਂ ਹੈਗੇ, ਅੱਧੇ ਬੈਨੀਫਿਟ ਤੋਂ ਰਹਿ ਗਏ, ਪਰ ਜਿਹੜੀ ਐਕਚੁਅਲ ਸਿਚੁਏਸ਼ਨ ਜਿਹਨਾਂ ਦੇ ਨਾਲ ਬੀਤ ਰਹੀ ਆ ਉਹਨਾਂ ਦੇ ਵਿੱਚੋਂ ਅਜਿਹੇ ਨੌਜਵਾਨ ਹੋਰ ਵੀ ਬਥੇਰੇ ਨੇਗੇ, ਪਰ ਗੱਲ ਮੁੱਕਦੀ ਉੱਥੇ ਆਉਂਦੀ ਹੈ ਕਿ ਇਹਦਾ ਵਿੱਚ ਦਾ ਰਾਹ ਕੀ ਨਿਕਲੂਗਾ, ਕਿ ਹਰਾਸ਼ਮੈਂਟ ਹੈ ਜਿਹੜੀ, ਠੀਕ ਹੈ ਯੂਨੀਵਰਸਿਟੀਆਂ ਨੇ ਵੀ ਸਿਸਟਮ ਚਲਾਉਣਾ, ਉਹਨਾਂ ਨੂੰ ਪੈਸਾ ਚਾਹੀਦਾ, ਪਰ ਦੂਜੇ ਪਾਸੇ ਗੱਲ ਇਹ ਹੈ ਵੀ ਜਾਂ ਤਾਂ ਸਕੀਮ ਸ਼ੁਰੂ ਕਰੀ ਸੀ ਤਾਂ ਆਖਰ ਉਹਨੂੰ ਇਹ ਹਾਲਾਤਾਂ 'ਚ ਕਿਵੇਂ ਪਹੁੰਚਾਤਾ ਵੀ ਜਵਾਕ ਨੇ ਅੱਜ ਅੱਧ ਵਿਚਾਲੇ ਫਸ ਗਏ ਨੇ, ਨਾ ਉਸ ਪਾਰ ਨਾ ਉਸ ਪਾਰ। ਸੀਨੀਅਰ ਵੀਡੀਓ ਸਮਿਤ ਦੇ ਨਾਲ ਸਮੀਤ ਸਿੰਘ ਰੋਜ਼ਾਨਾ ਸਪੋਰਟਸ ਟੀਵੀ ਚੰਡੀਗੜ੍ਹ।